ਜ਼ਿਪਲਾਈਨ ਕਰਨ ਤੋਂ ਬਾਅਦ ਮੈਂ ਪਹੁੰਚ ਗਿਆ ਆਪਣੇ ਹੋਟੇਲ ਕੰਫਰਟ ਇਨ ਦੇ ਵਿੱਚ, ਜਿਹੜਾ ਕਿ ਮੈਂ ਔਨਲਾਈਨ ਬੁੱਕ ਕੀਤਾ ਸੀ booking.com ਤੋਂ, ਓਨਲੀ ਐਂਡ ਓਨਲੀ $60 ਪਰ ਨਾਈਟ ਦਾ। ਅੰਦਰ ਜਾ ਕੇ ਦੇਖਦੇ ਹਾਂ $60 ਦੇ ਵਿੱਚ ਕੀ ਕੁਝ ਦਿੱਤਾ ਇਹਨਾਂ ਨੇ। ਥੋੜ੍ਹਾ ਟਾਈਮ ਰੈਸਟ ਕਰਨ ਤੋਂ ਬਾਅਦ ਅਤੇ ਫਰੈਸ਼ ਹੋ ਕੇ ਮੈਂ ਨਿਕਲ ਗਿਆ ਨਾਇਗਰਾ ਸਪੀਡਵੇ ਅਤੇ ਕੁਝ ਖਾਣ ਪੀਣ। ਕਾਫੀ ਟਾਈਮ ਇੱਧਰ ਉੱਧਰ ਘੁੰਮਣ ਤੋਂ ਬਾਅਦ ਫਾਈਨਲੀ ਆਪਾਂ ਡਿਸਾਈਡ ਕਰ ਲਿਆ ਕਿ ਆਪਾਂ ਜਾਵਾਂਗੇ ਇੱਕ ਇਟੈਲੀਅਨ ਰੈਸਟੋਰੈਂਟ ਜਿਹਦਾ ਕਿ ਪੈਟੀਓ ਖੁੱਲ੍ਹਾ ਹੋਇਆ ਹੈ, ਵਰਨਾ ਕਿ ਕਰੋਨਾ ਕਰਕੇ ਤੁਹਾਨੂੰ ਪਤਾ ਸਾਰਾ ਕੁਝ ਬੰਦ ਹੀ ਹੈ ਇੱਥੇ। ਰਸ਼ ਤੁਸੀਂ ਦੇਖ ਲਿਆ ਕਿੰਨਾ ਆ, ਲਾਈਨ 'ਚ ਲੱਗੇ ਹੋਏ ਹਾਂ, ਵਾਰੀ ਆ ਗਈ ਹੈ ਪੀਜ਼ਾ ਖਾਣ ਦੀ, ਪਰ ਬਹੁਤ ਜ਼ਿਆਦਾ ਰਸ਼ ਹੈ ਇੱਥੇ, ਕਾਫੀ ਟਾਈਮ ਹੋਇਆ ਖੜਿਆਂ ਨੂੰ। ਹੁਣ ਰਸ਼ ਕਿਉਂ ਆ, ਕਿਉਂਕਿ ਇਹ ਵੁੱਡ ਬੇਕ ਪੀਜ਼ਾ ਬਣਦਾ ਹੈ, ਇੱਕ ਸਿੰਪਲ ਓਵਨ ਦੇ ਵਿੱਚ ਨਹੀਂ ਬਣਦਾ, ਇਸ ਕਰਕੇ ਮੇਰੇ ਅਕੋਰਡਿੰਗ ਤਾਂ ਰਸ਼ ਆ। ਅਤੇ ਥੋੜ੍ਹਾ ਜਿਹਾ ਸਪੀਡਵੇ ਦੇ ਨੇੜੇ ਵੀ ਆ, ਤੁਸੀਂ ਪਿੱਛੇ ਦੇਖ ਸਕਦੇ ਹੋ ਕਿੰਨਾ ਉੱਥੇ ਵੀ ਕਾਫੀ ਰਸ਼ ਆ, ਉਹਦੇ ਕਰਕੇ ਵੀ ਆ ਕਿਉਂਕਿ ਲੋਕ ਇੱਥੇ ਗੇਮਿੰਗ ਵਗੈਰਾ ਕਰਨ ਆਉਂਦੇ ਆ ਬੱਚਿਆਂ ਨੂੰ ਲੈ ਕੇ, ਇਸ ਕਰਕੇ ਆਈ ਥਿੰਕ ਕਿ ਉਹਦੇ ਨੇੜੇ ਹੋਣ ਕਰਕੇ ਵੀ ਰਸ਼ ਥੋੜ੍ਹਾ ਜਿਹਾ ਜ਼ਿਆਦਾ ਆ। ਬਾਕੀ ਖਾ ਕੇ ਦੇਖਦੇ ਹਾਂ ਕਿੱਦਾਂ ਦਾ ਆ, ਰਿਵਿਊ ਜ਼ਰੂਰ ਦੇਵਾਂਗੇ, ਤੁਹਾਨੂੰ ਵੀ ਵੀਡੀਓ ਦੇ ਵਿੱਚ ਦੱਸਦੇ ਹਾਂ। ਫਿਰ ਆਪਾਂ ਉੱਧਰ ਨੂੰ ਚੱਲਦੇ ਹਾਂ, ਹਨੇਰਾ ਵੀ ਹੋਣ ਵਾਲਾ, ਕਾਫੀ ਟਾਈਮ ਹੋ ਗਿਆ ਆ। ਆਪਣੀ ਟਰਨ ਆ ਗਈ ਆ, ਬੈਠੇ ਹਾਂ, ਪੀਜ਼ਾ ਔਡਰ ਕਰਤਾ ਆ, ਪਰ ਕਾਫੀ ਰਸ਼ ਹੋਣ ਕਰਕੇ ਥੈਂਕ ਗੋਡ ਸਾਨੂੰ ਬਾਹਰ ਹੀ ਮਿਲਿਆ ਹੈ। ਬਾਹਰ ਕਾਫੀ ਵਧੀਆ ਲੱਗ ਰਿਹਾ, ਤੁਹਾਨੂੰ ਮੈਂ ਕਿਹਾ ਰਾਊਂਡ ਦਿਵਾਉਣਾ ਬਾਹਰ ਦਾ, ਤੁਹਾਨੂੰ ਵੀ ਲਾਈਕ ਵਧੀਆ ਫੀਲਿੰਗ ਆਏਗੀ ਦੇਖ ਕੇ। ਅੰਦਰ ਥੋੜ੍ਹਾ ਜਿਹਾ ਲਾਈਕ ਅੰਦਰ ਵੈਸੇ ਤਾਂ ਹੈ ਨਹੀਂ, ਪਰ ਇਹਨਾਂ ਦਾ ਜਿਹੜਾ ਪੈਟੀਓ ਅੰਦਰ ਵਾਲਾ ਵੀ ਓਪਨ ਹੀ ਆ, ਪਰ ਕਲੋਜ਼ ਕਰਕੇ ਵੀਡੀਓ ਵਧੀਆ ਵੀ ਨਹੀਂ ਸੀ ਬਣਨੀ। ਥੈਂਕ ਗੋਡ ਕਿ ਬਾਹਰ ਹੀ ਆਪਣੀ ਆਈ ਹੈ ਵਾਰੀ। ਪੇਟ ਪੂਜਾ ਕਰਨ ਤੋਂ ਬਾਅਦ ਮੈਂ ਨਿਕਲ ਗਿਆ ਨਾਇਗਰਾ ਸਕਾਈ ਵੀਲ ਦੇਖਣ, ਅਤੇ ਨਾਲ ਦੀ ਨਾਲ ਸਪੀਡਵੇ 'ਤੇ ਛੋਟੀਆਂ ਛੋਟੀਆਂ ਕਾਰਾਂ ਭਜਾਉਣ। ਹਾਂਜੀ, ਆਪਾਂ ਪਹੁੰਚ ਚੁੱਕੇ ਹਾਂ ਲਾਈਕ ਹਾਊਸ ਆਫ ਫ੍ਰੈਂਟਸਟੇਨ ਦੇ ਨੇੜੇ। ਇਹ ਵਾਲਾ ਜਿਹੜਾ ਹੈਗਾ ਆ ਲੈਫਟ ਸਾਈਡ 'ਤੇ ਆਪਣੇ, ਇਹਦੇ ਲਾਈਕ ਭੂਤ ਬੰਗਲਾ ਟਾਈਪ ਆ, ਅਤੇ ਜਿਹੜਾ ਹੈਗਾ ਆ ਆਪਣੇ ਇੱਧਰ ਵਾਲੀ ਸਾਈਡ, ਇਹ ਹੈਗਾ ਮੂਵਿੰਗ ਥੀਏਟਰ। ਲਾਈਕ ਇੱਥੇ ਥੀਏਟਰ ਆ 3D, ਆਈ ਥਿੰਕ 5D ਆਈ ਥਿੰਕ, ਅਤੇ ਉਹ ਮੂਵਿੰਗ ਥੀਏਟਰ ਆ। ਤਾਂ ਇਹ ਜ਼ਿਆਦੀਆਂ ਜਿਹੜੀਆਂ ਨਾਇਗਰਾ ਦੀਆਂ ਅਟਰੈਕਸ਼ਨਸ ਹੈਗੀਆਂ, ਜੇ ਤੁਸੀਂ ਆਉਣਾ ਚਾਹੋ ਤਾਂ ਇੱਥੇ ਆ ਸਕਦੇ ਹੋ।
ਪਰ ਮੈਨੂੰ ਨਹੀਂ ਲੱਗਦਾ ਕਿ ਇਹ ਮੇਰੇ ਲਈ ਲਾਈਕ ਵਰਥ ਹੈਗਾ, ਕਿਉਂਕਿ ਮੈਂ ਵਲੋਗਿੰਗ ਕਰਨੀ ਹੁੰਦੀ ਆ, ਆਪਾਂ ਥੋੜ੍ਹੇ ਜਿਹੇ ਵਿਊ ਦਿਖਾਉਣੇ ਹੁੰਦੇ ਆ ਟਰੈਵਲਿੰਗ ਵਾਲੇ। ਸੋ ਮੈਂ ਸੋਚਿਆ ਕਿ ਇਹਦੇ ਲਈ ਸਿਰਫ ਤੁਹਾਨੂੰ ਇਨਫੋਰਮੇਸ਼ਨ ਹੀ ਦੇ ਦਾਂ। ਫਿਰ ਹੁਣ ਆਪਾਂ ਅੱਗੇ ਚੱਲਦੇ ਹਾਂ ਸਪੀਡਵੇ ਵਾਲੀ ਸਾਈਡ, ਉੱਥੇ ਜਾ ਕੇ ਦੇਖਦੇ ਹਾਂ ਕਿ ਉੱਥੇ ਕਾਫੀ ਚੀਜ਼ਾਂ ਹੋਣਗੀਆਂ, ਉਹ ਵੀ ਤੁਹਾਨੂੰ ਮੈਂ ਦਿਖਾਉਣਾ ਅਤੇ ਸਾਰੀ ਰੇਟ ਦੀ ਵਗੈਰਾ ਦੀ ਜਾਣਕਾਰੀ ਦਿੰਦੇ ਹਾਂ। ਚਲੋ ਫਿਰ ਆਪਾਂ ਅੱਗੇ ਨੂੰ ਲੰਘਦੇ ਹਾਂ। 175 ਫੁੱਟ ਉੱਚਾ ਅਤੇ 42 ਗੰਡੋਲੇ ਵਾਲਾ ਇਹ ਸਕਾਈ ਵਿਲ ਸਿਰਫ $13 ਦੇ ਵਿੱਚ ਤੁਹਾਨੂੰ ਪੂਰਾ ਨਾਇਗਰਾ ਦਿਖਾਉਂਦਾ ਹੈ। ਹਾਂਜੀ ਦੋਸਤੋ, ਹੁਣ ਆਪਾਂ ਪਹੁੰਚ ਚੁੱਕੇ ਹਾਂ ਨਾਇਗਰਾ ਸਪੀਡਵੇ। ਹੁਣ ਆਪਾਂ ਭਜਾਉਣੀਆਂ ਛੋਟੀਆਂ ਛੋਟੀਆਂ ਕਾਰਾਂ। ਤੁਸੀਂ ਇੱਕ ਬੋਰਡ ਇੱਥੇ ਲੱਗੇ ਹੋਇਆ ਹੈ, ਦੇਖ ਸਕਦੇ ਹੋ ਕਿ ਡਰਾਈਵਰ ਦੀ ਹਾਈਟ ਕਿੰਨੀ, ਪੈਸੰਜਰ ਦੀ ਕਿੰਨੀ ਹੋਣੀ ਚਾਹੀਦੀ ਹੈ। ਜੇ ਡਰਾਈਵਰ ਦੀ 58 ਆ ਤਾਂ ਪੈਸੰਜਰ ਦੀ 40 ਇੰਚ ਹੋਣੀ ਚਾਹੀਦੀ ਹੈ। ਅਤੇ ਨਾਲ ਹੀ ਇੱਥੇ ਇੱਕ ਛੋਟਾ ਜਿਹਾ ਬੋਰਡ ਲੱਗਿਆ ਆ ਕਿ ਲਾਈਕ ਕੁਝ ਜ਼ਿਆਦਾ ਮਹਿੰਗੀ ਵੀ ਨਹੀਂ ਹੈਗੀ। ਤੁਸੀਂ ਦੇਖ ਸਕਦੇ ਹੋ ਕਿ ਡਰਾਈਵਰ ਦੀ ਟਿਕਟ ਹੈਗੀ ਆ $12 ਜਸਟ, ਅਤੇ ਪੈਸੰਜਰ ਜੇ ਤੁਸੀਂ ਨਾਲ ਲੈ ਕੇ ਜਾਣਾ ਜਿੱਦਾਂ ਕਿ ਛੋਟੇ ਬੱਚੇ, ਤਾਂ ਉਹ ਟਿਕਟ ਹੈਗੀ ਆ $4 ਐਕਸਟਰਾ ਲੱਗਣਗੇ ਤੁਹਾਡੇ। ਹੁਣ ਥੋੜ੍ਹੀ ਜਿਹੀ ਇਨਫੋਰਮੇਸ਼ਨ ਹੋਰ ਦੇ ਦਾਂ ਕਿ ਹੈਲਮਟ ਪਾ ਕੇ ਇਹਨਾਂ ਨੂੰ ਚਲਾਉਣਾ ਪੈਂਦਾ ਹੈ, ਅਤੇ ਕਾਰਾਂ ਦੀ ਜਿਹੜੀ ਟੌਪ ਸਪੀਡ ਆ ਉਹ 32 ਕਿਲੋਮੀਟਰ ਪਰ ਆਵਰ ਆ, ਅਤੇ ਇਹਨਾਂ ਦੀ ਪਾਵਰ ਹੈਗੀ ਆ ਜੀ 9 ਹਾਰਸ ਪਾਵਰ। ਸੋ ਆਹ ਵਾਲੀ ਕਾਰ ਆ, ਬੈਠ ਗਏ ਆਪਾਂ ਇਹਦੇ ਵਿੱਚ, ਦਿਖਾਉਣਾ ਤੁਹਾਨੂੰ ਇਹਦਾ ਸਟੀਅਰਿੰਗ ਰੇਸ ਸਾਰਾ ਕੁਝ। ਇਸ ਕਾਰ ਨੂੰ ਚਲਾਉਣ ਦੇ ਲਈ ਤੁਹਾਨੂੰ ਕੋਈ ਲਾਇਸੈਂਸ ਦੀ ਲੋੜ ਨਹੀਂ ਹੈ। ਰਾਈਟ ਸਾਈਡ 'ਤੇ ਇਹਦਾ ਜਿਹੜਾ ਪੈਡਲ ਹੁੰਦਾ ਹੈ ਉਹ ਰੇਸ ਵਾਲਾ ਹੁੰਦਾ, ਅਤੇ ਲੈਫਟ ਸਾਈਡ 'ਤੇ ਜਿਹੜਾ ਪੈਡਲ ਹੁੰਦਾ ਹੈ ਉਹ ਬ੍ਰੇਕ ਵਾਲਾ ਹੁੰਦਾ ਹੈ, ਅਤੇ ਸਟੀਅਰਿੰਗ ਤੁਹਾਨੂੰ ਪਤਾ ਹੀ ਆ। ਇੱਕ ਵਾਰੀ ਦੀ ਟਿਕਟ ਯੂਜ਼ ਕਰਕੇ ਤੁਸੀਂ ਇਸ ਦੇ 3 ਰਾਊਂਡ ਲਾ ਸਕਦੇ ਹੋ, ਜਿਹੜਾ ਕਿ ਟਰੈਕ ਪੂਰਾ ਬਣਿਆ ਹੋਇਆ, ਅਤੇ ਇੱਕ ਵਾਰੀ ਦੇ ਵਿੱਚ ਆਲਮੋਸਟ 36 ਕਾਰਾਂ ਜਾਂਦੀਆਂ। ਨਾਇਗਰਾ ਸਪੀਡਵੇ ਦੇ ਨਾਲ ਹੀ ਹੈਗਾ ਹੈ ਡਾਇਨਾਸੌਰ ਗੋਲਫ ਐਡਵੈਂਚਰ, 18 ਹੋਲਸ ਵਾਲਾ ਇਹ ਗੋਲਫ ਗਰਾਊਂਡ, ਜਿਸ ਦੀ ਫੀਸ ਅਡਲਟ ਦੇ ਲਈ ਹੈਗੀ ਆ $11 ਅਤੇ ਬੱਚਿਆਂ ਦੇ ਲਈ ਹੈਗੀ ਆ $7। ਨਾਇਗਰਾ ਦੀ ਇੱਕ ਹੋਰ ਅਟਰੈਕਸ਼ਨ ਨਾਇਗਰਾ ਮੂਵੀ ਲੈਂਡ, ਜਿੱਥੇ ਕਿ ਤੁਹਾਡੇ ਫੇਵਰੇਟ ਸਟਾਰਸ ਦੇ ਤੁਹਾਨੂੰ ਸਟੈਚੂ ਦੇਖਣ ਨੂੰ ਮਿਲਣਗੇ, ਜਿਹਦੀ ਫੀਸ ਹੈਗੀ ਆ ਜੀ $11 ਵੱਡਿਆਂ ਦੇ ਲਈ ਅਤੇ ਬੱਚਿਆਂ ਦੇ ਲਈ $7, ਜਿੱਥੇ ਕਿ ਮੈਂ ਵੀ ਥੋੜ੍ਹੀ ਜਿਹੀ ਐਕਟਿੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕੁਝ ਹੋਰ ਅਜੀਬੋ ਗਰੀਬ ਚੀਜ਼ਾਂ ਦੇਖ ਕੇ ਆਪਣਾ ਸੈਕਿੰਡ ਡੇ ਇਨ ਨਾਇਗਰਾ ਖਤਮ ਹੋ ਗਿਆ, ਅਤੇ ਆਪਾਂ ਆਪਣੇ ਰੂਮ ਦੇ ਵਿੱਚ ਆ ਗਏ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।